अस्सलाम वालेकुम, ईद मुबारक। मेरे वालों सबनों ईद मुबारक। अज रोजियां का आखिरी दिन जिहड़ा है वो ईद के रूप में मनाया जाता है। रोजे जिहड़े ने उन्हां दा भी एक मकसद है, उन्हां दा भी एक साइंटिफिक मीनिंग्स है कि भुखे रहना है। आप भुखे रह के जो अपने शरीर नूं तड़प हुंदी है तां तुसीं दूजियां नूं, जिन्हां नूं रोटी नहीं मिलती, गरीबां नूं जिन्हां नूं इकड़ंग रोटी मिलती है जां कदे नहीं भी मिलती, तां कि तुसीं उन्हां दे दुखां नूं अपने शरीर ते हंडा के देखो कि उन्हां दे दुख किड्डे वड्डे ने। अज मलेरकोटला दे विच आ के बड़ी खुशी हुई है, इन्नी भारी गिणती च तुसी आए हो। एक बार फिर मैं थोनू ईद मुबारक कहना। जिहड़ा पंजाब है ओदी सोशल बॉन्डिंग बहुत मजबूत है। असी सारे भाईचारे च आपस दे विच रल के रहने आ। नफरतां फैलाउण वालियां नूं कोई जगह नहीं मिलती पंजाब दे विच नफरत फैलाउण लई। ਉਹ ਉਧਰ ਉਧਰ ਕਰ ਲੈਂਦੇ ਹੋਣਗੇ, ਪਰ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਫਕੀਰਾਂ ਸ਼ਾਇਰਾਂ ਤੇ ਸ਼ਹੀਦਾਂ ਦੀ ਧਰਤੀ ਹੈ। ਇੱਥੇ ਨਫ਼ਰਤ ਦੇ ਬੀਜ ਨਹੀਂ ਉੱਗਦੇ। ਧਰਤੀ ਬਹੁਤ ਉਪਜਾਊ ਹੈ, ਹੋਰ ਜੋ ਮਰਜ਼ੀ ਬੀਜ ਲਓ ਉੱਗ ਜੂਗਾ। ਅਸੀਂ ਸ਼ੁਰੂ ਕੀਤਾ ਹੋਇਆ ਕੰਮ ਭ੍ਰਿਸ਼ਟਾਚਾਰੀਆਂ ਨੂੰ ਫੜਨ ਦਾ, ਨਜਾਇਜ਼ ਕਬਜ਼ੇ ਛਡਾਉਣ ਦਾ। ਬੜਾ ਔਖਾ ਕੰਮ ਹੈ, ਹਜੇ 45-46 ਤਾਂ ਨਹੀਂ ਹੋਏ ਬਣਿਆ ਨੂੰ, ਸਿਸਟਮ ਵਿਗੜੇ ਨੂੰ 75 ਸਾਲ ਹੋਏ ਨੇ। ਥੋੜ੍ਹਾ ਜਿਹਾ ਟਾਈਮ ਦਿਓ, ਆਉਣ ਵਾਲੇ ਦਿਨਾਂ 'ਚ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ। ਰਾਹਤ ਅੰਦੌਰੀ ਦਾ ਸ਼ੇਅਰ ਹੈ ਕਿ ਕਬੂਤਰੋਂ ਕੋ ਖੁੱਲੀ ਛੱਤ ਵਿਗਾੜ ਦੇਤੀ ਹੈ, ਕਬੂਤਰੋਂ ਕੋ ਖੁੱਲੀ ਛੱਤ ਵਿਗਾੜ ਦੇਤੀ ਹੈ, आदमी को बुरी लत बिगाड़ देती है। जुर्म करने वाले इतने बुरे नहीं होते, लेकिन सजा ना देकर अदालत बिगाड़ देती है। तो बहुत सारे हो जे ने जिहड़े वड्डे वकील करके गवाहां नूं मुकरा के बरी हो जांदे है, पर कुरान शरीफ भी लिखिया है, साडा धर्म भी यही कहिंदा है, ਇੱਥੋਂ ਤਾਂ ਬਰੀ ਹੋ ਜਾਓਗੇ ਕਚਹਿਰੀਆਂ 'ਚ, ਵਕੀਲ ਵੱਡੇ ਕਰ ਲਓਗੇ, ਗਵਾਹ ਮਕਰਾ ਲਓਗੇ, ਪੈਸੇ ਦੇ, ਪਰ ਅੱਲਾਹ ਦੀ ਕਚਹਿਰੀ 'ਚ, ਵਾਹਿਗੁਰੂ ਦੀ ਕਚਹਿਰੀ 'ਚ ਉੱਥੇ ਨਹੀਂ ਵਕੀਲ ਮਿਲਦੇ ਕਿਰਾਏ ਤੇ, ਉੱਥੇ ਅਮਲਾਂ ਦੇ ਹੁੰਦੇ ਨੇ ਨੇੜੇ, ਕਿਸੇ ਨਹੀਂ ਤੇਰੀ ਯਾਦ ਹੋ ਸਕਦੀ। ਬਾਕੀ ਜੋ ਜ਼ਿੰਮੇਦਾਰੀ ਤੁਸੀਂ ਮੈਨੂੰ ਦਿੱਤੀ ਹੈ, ਸਿਰ ਮੱਥੇ ਪ੍ਰਵਾਨ ਹੈ। ਮੈਂ ਨਹੀਂ ਬਣਿਆ ਮੁੱਖ ਮੰਤਰੀ, ਤੁਸੀਂ ਬਣੇ ਹੋ ਸਾਰੇ, ਸਰਕਾਰ ਤੁਹਾਡੀ ਹੈ, ਜਦੋਂ ਮਰਜ਼ੀ ਤੁਸੀਂ ਰਾਏ ਦੇ ਸਕਦੇ ਹੋ। ਇਨਸ਼ਾਅੱਲਾ ਆਉਣ ਵਾਲੇ 1-2 ਸਾਲਾਂ 'ਚ ਤੁਹਾਨੂੰ ਪੰਜਾਬ ਦਾ ਰੰਗ ਬਦਲਦਾ ਨਜ਼ਰ ਆਊਗਾ, ਰੰਗਲਾ ਪੰਜਾਬ ਨਜ਼ਰ ਆਊਗਾ। ਜ਼ਿਲ੍ਹਾ ਬਣ ਗਿਆ ਮਲੇਰਕੋਟਲਾ, ਬਿਲਡਿੰਗਾਂ ਨਹੀਂ ਹਜੇ ਬਣੀਆਂ, ਪੁਲਿਸ ਲਾਈਨ ਨਹੀਂ ਬਣੀ, ਕਚਹਿਰੀਆਂ ਨਹੀਂ ਬਣੀਆਂ, ਬਣਾਵਾਂਗੇ, ਉਹ ਸਾਡਾ ਕੰਮ ਹੈ। ਇਹਨਾਂ ਨੇ ਕਿਹਾ ਗਲੀਆਂ ਨਾਲੀਆਂ ਵਾਸਤੇ ਹੋਰ ਵਾਸਤੇ 50 ਕਰੋੜ। 50 ਕਰੋੜ ਤਾਂ ਅੱਜ ਕੱਲ ਕੀ ਹੁੰਦਾ ਜੀ, ਤੁਸੀਂ ਬਹੁਤ ਘੱਟ ਮਿਲਿਆ ਜੀ, ਮਿਲਦੀ 50 ਕਰੋੜ ਨਹੀਂ। ਜਿੰਨਾ ਚਿਰ ਆਖਰੀ ਗਲੀ ਦੀ ਇੱਟ ਨਹੀਂ ਲੱਗਦੀ, ਜਿੰਨੇ ਲੱਗਣਗੇ ਲਾਈ ਚੱਲੇ। ਹਜੇ ਤੱਕ ਅਸੀਂ 75 ਸਾਲ ਹੋ ਗਏ ਆਜ਼ਾਦੀ ਨੂੰ, ਹਜੇ ਤੱਕ ਗਲੀਆਂ ਨਾਲੀਆਂ ਵੀ ਖੜੇ, ਹਜੇ ਤੱਕ ਟੋਭੇ ਸੀਵਰੇ ਠੀਕ ਨਹੀਂ ਹੋਏ। ਸਭ ਦੁਨੀਆਂ ਚੰਦ ਤੇ ਚੜ ਗਈ, ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ,
ਅਸੀਂ ਉੱਥੇ ਹਜੇ ਗਲੀਆਂ ਨਾਲੀਆਂ ਟੋਭੇ ਸੀ ਰਹੇ ਕਿਉਂਕਿ ਸਾਨੂੰ ਉਹਨਾਂ ਨੇ ਅੱਗੇ ਦਿਖਾਇਆ ਹੀ ਨਹੀਂ ਕੁਛ ਤਾਲੀਮ ਪੜ੍ਹਾਈ ਵਿਦਿਆ ਇਹ ਬਹੁਤ ਜ਼ਰੂਰੀ ਹੈ ਨਮੂਨੇ ਦੇ ਕਾਲਜ ਵਰਲਡ ਕਲਾਸ ਦੀ ਪੜ੍ਹਾਈ ਮਲੇਰਕੋਟਲੇ ਚ ਸਕੂਲ ਇਹੋ ਜਿਹੇ ਕਿ ਤੁਹਾਡੇ ਰਿਸ਼ਤੇਦਾਰ ਆ ਕੇ ਫੋਟੋਆਂ ਖਿਚਾਇਆ ਕਰਨਗੇ ਸਕੂਲਾਂ ਚ ਕਿ ਆਹ ਵੀ ਸਕੂਲ ਹੁੰਦੇ ਨੇ ਇਸ ਤਰ੍ਹਾਂ ਦੀ ਤਾਲੀਮ ਤੁਹਾਡੇ ਬੱਚਿਆਂ ਨੂੰ ਮਿਲੂਗੀ ਮੈਂ ਉਹ ਵਾਅਦਾ ਕਰਦਾ ਹੀ ਨਹੀਂ ਜਿਹੜਾ ਮੈਂ ਨਾ ਕਰ ਸਕਾਂ ਕੱਲ ਕੈਬਨਿਟ ਦੇ ਵਿੱਚ ਫੈਸਲੇ ਕੀਤੇ ਹੈ 26,456 ਨੌਕਰੀਆਂ ਨਵੀਆਂ ਜਿਹੜੇ MLA 5-5 ਲੱਖ 5.5-5.5 ਲੱਖ ਪੈਨਸ਼ਨਾਂ ਲੈਂਦੇ ਸੀ ਉਹਨਾਂ ਨੂੰ ਕਹਿਤਾ ਕੋਈ ਆਸਾਨ ਨਹੀਂ ਕੀਤਾ ਤੁਸੀਂ ਸਾਡੇ ਤੇ ਵੋਟਾਂ ਤਾਂ ਮੰਗਦੇ ਹੋ ਕਿ ਸੇਵਾ ਕਰਾਂਗੇ ਮੌਕਾ ਦਿਓ ਤੇ ਸੇਵਾ ਦੀ ਇੰਨੀ ਪੈਨਸ਼ਨ ਇੱਕ ਮਿਲੂਗੀ ਲੈਣੀ ਹੈ ਲਓ ਨਹੀਂ ਨਾਲ ਕਈ MLA ਨੂੰ ਹਾਰਨ ਚ ਫਾਇਦਾ ਹੈ ਕਿਉਂਕਿ ਜੇ ਜਿੱਤ ਜਾਂਦੇ ਨੇ ਤਾਂ ਸੈਲਰੀ ਮਿਲਦੀ ਹੈ ਉਹ ਘੱਟ ਹੈ ਜੇ ਹਾਰ ਜਾਂਦੇ ਨੇ ਤਾਂ ਪੈਨਸ਼ਨ ਮਿਲਦੀ ਹੈ ਉਹ 3.5 ਲੱਖ ਹੈ ਖੂਨ ਚੂਸਿਆ ਨਾ ਲੋਕਾਂ ਦਾ ਸੋ ਇਕੱਲੇ ਇਕੱਲੇ ਪੈਸੇ ਦਾ ਹਿਸਾਬ ਹੋਊਗਾ ਪੁਰਾਣੇ ਪੈਸੇ ਜਿਹੜੇ ਆਪਣੀਆਂ ਜੇਬਾਂ ਚੋਂ ਲੁੱਟ ਕੇ ਲੈ ਕੇ ਗਏ ਨੇ ਉਹਨਾਂ ਦਾ ਵੀ ਹਿਸਾਬ ਹੋਊਗਾ ਤੇ ਉਹ ਪੈਸੇ ਵਿਆਜ ਸਮੇਤ ਸਕੂਲਾਂ ਦੇ ਰੂਪ ਚ ਹਸਪਤਾਲਾਂ ਦੇ ਰੂਪ ਚ ਬਿਜਲੀ ਦੇ ਰੂਪ ਚ ਸੜਕਾਂ ਦੇ ਰੂਪ ਚ ਫੈਕਟਰੀਆਂ ਦੇ ਰੂਪ ਚ ਤੁਹਾਡੇ ਕੋਲੇ ਵਾਪਸ ਆਊਗਾ ਤੁਹਾਡਾ ਪੈਸਾ ਤੁਹਾਡੀ ਦਸਾਂ ਲੱਖਾਂ ਦੀ ਕਮਾਈ ਇਹ ਵਰਤਦੇ ਰਹੇ ਨੇ ਸੋ ਮੇਰੇ ਤੇ ਯਕੀਨ ਰੱਖਿਓ ਜਿੰਨਾ ਤੁਸੀਂ ਮੇਰੇ ਤੇ ਯਕੀਨ ਕੀਤਾ ਓਨਾ ਹੀ ਮੇਰੀ ਜ਼ਿੰਮੇਵਾਰੀ ਵੀ ਵਧੀ ਹੈ ਯਕੀਨ ਰੱਖਿਓ ਆਉਣ ਵਾਲੇ ਦਿਨਾਂ ਚ ਜ਼ਿੰਦਗੀ ਬਹੁਤ ਲੀਹ ਤੇ ਆਊਗੀ ਡਰਦੇ ਸੀ ਆਹ ਨਾ ਕੁਛ ਕਹਿ ਦੇ MLA ਪਰਚਾ ਨਾ ਪਵਾ ਦੇ SSP ਆਏ ਨਾ ਕਰਦੇ ਇਹ ਸਾਰਾ ਕੁਛ ਖਤਮ ਕਰ ਦੇਣਾ ਮੈਨੂੰ ਕੱਲ ਇੱਕ ਬੰਦਾ ਮਿਲਿਆ ਉਹ ਕਹਿੰਦਾ ਜੀ ਪਹਿਲਾਂ ਵਾਲੀ ਸਰਕਾਰ ਨੇ ਐਂ ਕਰਤਾ ਸੀ ਅੱਛਾ ਜੀ ਕਹਿੰਦਾ ਫਿਰ ਉਹ ਫਲਾਨਾ ਆਇਆ ਉਹਨੇ ਵੀ ਐਂ ਕਰਤਾ ਸੀ ਮੈਂ ਕਿਹਾ ਅੱਛਾ ਜੀ ਕਹਿੰਦਾ ਫਿਰ ਉਹ ਤੀਜਾ ਆਇਆ ਉਹਨੇ ਫਿਰ ਐਂ ਕਰਤਾ ਸੀ ਸਾਡਾ ਕੰਮ ਉੱਥੇ ਹੀ ਖੜਾ ਮੈਂ ਕਿਹਾ ਫਿਰ ਜੇ ਉਹਨਾਂ ਨੇ ਐਂ ਕਰਤਾ ਸੀ ਇਸੇ ਕਰਕੇ ਤਾਂ ਫਿਰ ਲੋਕਾਂ ਨੇ ਐਂ ਕਰਤਾ ਤੇ ਜਿੱਤਿਆ ਕੋਈ ਵੀ ਨੀ ਜਿੱਤੇ ਵੱਡੇ ਵੱਡੇ ਘਰਾਣੇ ਹਾਰ ਗਏ ਵਕਤ ਬਹੁਤ ਵੱਡੀ ਚੀਜ਼ ਹੈ ਗਰੀਬ ਦੀ ਹਾ ਤੇ ਅੱਲਾ ਦੀ ਦਰਗਾਹ ਸਿੱਧਾ ਨਾਤਾ ਹੁੰਦਾ ਇਹਨਾਂ ਨੇ ਗਰੀਬਾਂ ਦੀਆਂ ਹਾਵਾਂ ਲਈਆਂ ਉਹ ਦਰਗਾਹ ਚ ਪਹੁੰਚੀਆਂ ਤੇ ਅੱਜ ਉਹਨਾਂ ਦਾ ਇਹ ਹਾਲ ਹੋਇਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਸਾਨੂੰ ਕੋਈ ਹਰਾ ਹੀ ਨਹੀਂ ਸਕਦਾ ਲੋਕਾਂ ਨੇ ਹਰਾ ਦਿੱਤਾ ਭਗਵੰਤ ਮਾਨ ਦੀ ਕੋਈ ਕਾਤ ਨਹੀਂ ਮੈਂ ਤਾਂ ਬਹੁਤ ਛੋਟਾ ਬੰਦਾ ਲੋਕਾਂ ਨੇ ਕੁੱਡੇ ਕੁੱਡੇ ਘਰਾਣੇ ਹਾਰੇ ਉਹ ਕਹਿੰਦੇ ਸੁਖਬੀਰ ਬਾਦਲ ਕਹਿੰਦਾ ਮੈਂ ਪ੍ਰਕਾਸ਼ ਸਿੰਘ ਬਾਦਲ ਕਰਕੇ ਹਾਰ ਗਿਆ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਮੈਂ ਕੈਪਟਨ ਕਰਕੇ ਹਾਰ ਗਿਆ ਕੈਪਟਨ ਕਹਿੰਦਾ ਵੀ ਮੈਂ ਤਾਂ ਚੱਲ ਇੱਕ ਸੀਟ ਤੋਂ ਹਾਰਿਆ ਚੰਨੀ 2 ਸੀਟਾਂ ਤੋਂ ਹਾਰ ਗਿਆ ਚੰਨੀ ਕਹਿੰਦਾ ਚੱਲ ਮੈਂ ਤਾਂ 2 ਸੀਟਾਂ ਤੋਂ ਹਾਰਿਆ ਨਵਜੋਤ ਸਿੱਧੂ ਤੇ ਮਜੀਠੀਆ ਇੱਕੋ ਸੀਟ ਤੋਂ ਦੋਨੋਂ ਹੀ ਹਾਰ ਗਏ ਲੋਕ ਨੇ ਵਕਤ ਬਹੁਤ ਵੱਡੀ ਚੀਜ਼ ਹੈ ਡਰੀਏ ਵਕਤ ਤੋਂ ਇਹ ਵਕਤ ਇਹ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਇਹ ਵਕਤ ਭਿਖਾਰੀਆਂ ਦੇ ਸਿਰ ਤੇ ਤਾਜ ਚੁਕਾ ਦਿੰਦਾ ਇਹ ਵਕਤ ਬਹੁਤ ਵੱਡੀ ਚੀਜ਼ ਹੈ ਹਕੂਮਤ ਉਹ ਕਰਤੇ ਹੈ ਜਿਨਕਾ ਦਿਲੋਂ ਪਰ ਰਾਜ ਹੋਤਾ ਹੈ ਯੂੰ ਕਹਿਣੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੋਤਾ ਇੱਕ ਵਾਰੀ ਫਿਰ ਮੇਰੇ ਵੱਲੋਂ ਤੁਹਾਨੂੰ ਈਦ ਮੁਬਾਰਕ ਗਲੇ ਮਿਲ ਕੇ ਸਾਰੇ ਭਾਈਚਾਰੇ ਸਾਂਝ ਰੱਖ ਕੇ ਤੁਸੀਂ ਮਿਲੋ ਅਸੀਂ ਤੁਹਾਡੇ ਨਾਲ ਜੋ ਵੀ ਕੋਈ ਕੰਮ ਸਰਕਾਰੇ ਦੁਆਰੇ ਹੋਵੇ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਝਿਜਕ ਤੋਂ ਜਦੋਂ ਮਰਜ਼ੀ ਸਾਡੇ ਕੋਲ ਆ ਜਾਓ ਅਸੀਂ ਤੁਹਾਡੇ ਲਈ ਹਾਂ ਤੁਸੀਂ ਸਾਨੂੰ ਤਾਕਤ ਦਿੱਤੀ ਹੈ ਉਹ ਤਾਕਤ ਅਸੀਂ ਤੁਹਾਡੇ ਲਈ ਵਰਤਾਂਗੇ ਤੁਹਾਡੇ ਉੱਤੇ ਨਹੀਂ ਵਰਤਾਂਗੇ ਬਹੁਤ ਬਹੁਤ ਧੰਨਵਾਦ ਖੁਦਾ ਹਾਫਿਜ਼ ਮੇਰੀ ਇੰਨੀ ਕੁ ਹਾਜ਼ਰੀ
प्रवान करो वाहगुरु जी का खालसा वाहगुरु जी की फतह। भारत के नंबर वन तंत्रिक गुरु शांजी बंगाली गोल्ड मेडलिस्ट चौंटा शक्तियां दे माहिर बंगाल तो सिद्धि प्राप्त हर जगह तो निराश ते मायूस भैन भरा एक बार जरूर फोन करो हर समस्या का हल घर बैठे फोन ते माई प्रॉमिस 100% रिजल्ट लव मैरिज सौंकन दुश्मन तो छुटकारा पति पत्नी च कलेश किता किराया विदेश यात्रा नौकरी कारोबार च परेशानी कोर्ट केस रुस्से नु मनाउणा होवे तां हुणे फोन कमाओ 101% पक्का समाधान पाओ मां वशीकरण ते मां मुठकरण दे सुपर स्पेशलिस्ट गुरु शांजी बंगाली 9958635478। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री 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 मियां रफीक मोहम्मद मोबाइल 84374 94647 84374 94648।